ਸੋ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਭਾਈ ਮਲਕੀਤ ਸਿੰਘ ਸ਼ੇਰਾ ਹੋਣਾ ਦੀ। ਭਾਈ ਮਲਕੀਤ ਸਿੰਘ ਸ਼ੇਰਾ ਜੇਲ੍ਹ ਦੇ ਵਿੱਚ ਨਜ਼ਰਬੰਦ ਉਹ ਨੌਜਵਾਨ ਜਿਸਦੇ ਬਾਰੇ ਕਿ ਪਹਿਲਾਂ ਵੀ ਖਬਰਾਂ ਦਿੱਤੀਆਂ ਗਈਆਂ ਸੀ ਕਿ ਉਸ ਨੂੰ ਕਈ ਬਿਮਾਰੀਆਂ ਨੇ ਜਕੜਿਆ ਹੋਇਆ ਆ ਅਤੇ ਉਸਦਾ ਇਲਾਜ ਜਿਹੜਾ ਜੇਲ੍ਹ ਦੇ ਵਿੱਚ ਸਹੀ ਤਰੀਕੇ ਨਹੀਂ ਕਰਵਾਇਆ ਜਾ ਰਿਹਾ ਅਤੇ ਉਹੀ ਗੱਲ ਹੋਈ ਆ ਕਿ ਹੁਣ ਉਹ ਇਹਨਾਂ ਭਿਅੰਕਰ ਬਿਮਾਰੀਆਂ ਦੇ ਨਾਲ ਜੂਝਦਾ ਹੋਇਆ ਅਕਾਲ ਚਲਣਾ ਕਰ ਗਿਆ। ਸ਼ੂਗਰ, ਟੀ ਵੀ, ਦਿਲ ਵਿੱਚ ਸ਼ੇਰ ਅਤੇ ਕਰੋਨਾ ਵਾਇਰਸ ਨਾਲ ਪੀੜਿਤ ਇਹ ਸਿੱਖ ਨੌਜਵਾਨ ਰਾਜਸੀ ਕੈਦੀ ਜਿਹੜਾ ਆ ਇਸ ਨੂੰ ਬਚਾਉਣ ਦੇ ਵਾਸਤੇ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕਈ ਵਾਰੀ ਜਿਹੜੀ ਇਹ ਗੱਲ ਆਖੀ ਗਈ ਸੀਗੀ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਪਰ ਉਸ ਨੂੰ ਲਗਾਤਾਰ ਅਦਾਲਤਾਂ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਇੱਥੇ ਤੱਕ ਇਹਦਾ ਇਲਾਜ ਵੀ ਜਿਹੜਾ ਆ ਸਹੀ ਤਰੀਕੇ ਦੇ ਨਾਲ ਨਹੀਂ ਕਰਾਇਆ ਗਿਆ। ਸਾਲ 2017 ਦੇ ਵਿੱਚ ਤਰਨ ਤਾਰਨ ਦੇ ਕੋਲ ਇੱਕ ਪਿੰਡ ਪੰਡੋਰੀ ਕਲਾਂ ਦੇ ਖਾਲੀ ਪਲਾਟ ਦੇ ਵਿੱਚ ਬੰਬ ਧਮਾਕਾ ਹੋਇਆ ਸੀਗਾ। ਉਸ ਮਾਮਲੇ ਦੇ ਵਿੱਚ ਨੌਜਵਾਨ ਨੂੰ ਮਲਕੀਤ ਸਿੰਘ ਨੂੰ ਜਿਹੜਾ ਉਹ ਨਾਮਜ਼ਦ ਕੀਤਾ ਗਿਆ ਸੀਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਸਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ। ਹਾਲਾਂਕਿ ਕੋਈ ਵੀ ਜਿਹੜੇ ਆ ਪਰਿਵਾਰ ਵਾਲੇ ਆ ਜਿਹੜੇ ਸਾਥੀ ਉਹ ਇਹ ਕਹਿ ਰਹੇ ਸੀ ਕਿ ਝੂਠੇ ਦੋਸ਼ ਆ ਅਤੇ ਜਿਹੜਾ ਬਿਮਾਰੀ ਦੇ ਹਿਸਾਬ ਦੇ ਨਾਲ ਉਹਨੂੰ ਜ਼ਮਾਨਤ ਜਿਹੜੀ ਘੱਟੋ ਘੱਟ ਜ਼ਰੂਰ ਮਿਲਣੀ ਚਾਹੀਦੀ ਆ ਕਿਉਂਕਿ ਉਹਦਾ ਪੂਰਨ ਇਲਾਜ ਜਿਹੜਾ ਕਰਾਇਆ ਜਾ ਸਕੇ ਪਰ ਫਿਰ ਵੀ ਉਹਨੂੰ ਜ਼ਮਾਨਤ ਜਿਹੜੀ ਆ ਨਹੀਂ ਦਿੱਤੀ ਗਈ ਅਤੇ ਅਖੀਰ ਇਹ ਸਿੱਖ ਰਾਜਸੀ ਕੈਦੀ ਜਿਹੜਾ ਆ ਉਹ ਭਾਰਤੀ ਸਿਸਟਮ ਦੀ ਭੇਂਟ ਜਿਹੜਾ ਆ ਚੜ੍ਹ ਗਿਆ ਆ। ਸੋ ਜੇਲ੍ਹਾਂ 'ਚ ਨਜ਼ਰਬੰਦ ਵਿਰੋਧੀ ਸੋਚ ਵਾਲਿਆਂ ਨੂੰ ਖਤਮ ਕਰਨ ਦਾ ਇਹ ਜਿਹੜਾ ਤਰੀਕਾ ਬਹੁਤ ਸਾਰੇ ਮੁਲਕਾਂ ਵਿੱਚ ਅਪਣਾਇਆ ਜਾਂਦਾ ਇਹ ਕਾਫੀ ਪਾਪੂਲਰ ਹੁਣ ਹੋ ਰਿਹਾ ਆ ਅਤੇ ਭਾਰਤ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਅਜਿਹੇ ਤਰੀਕਿਆਂ ਦੇ ਨਾਲ ਕਈ ਮੌਤਾਂ ਜਿਹੜੀਆਂ ਆ ਉਹ ਹੋਈਆਂ ਆ ਚਾਹੇ ਉਹ ਸਾਊਥ ਦੇ ਬੁੱਧੀਜੀਵੀ ਸੀਗੇ ਚਾਹੇ ਭਾਈ ਹਰਮਿੰਦਰ ਸਿੰਘ ਮਿੰਟੂ ਹੋਣੀ ਸੀਗੇ ਅਤੇ ਚਾਹੇ ਹੁਣ ਮਲਕੀਤ ਸਿੰਘ ਸ਼ੇਰਾ ਦੀ ਗੱਲ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।